اللهم صل على محمد وآله وذريته بعدد كل ما मैं गया जी रात दे पिछले पैर म्यानी कब्रस्तान दे अंदर ते दुनिया बड़ी बड़ी सुत्ती जाए उथे बड़े बड़े बादशाह सुते ने बड़े बड़े सिकंदर सुते ने लाहौर दे अंदर ते मैं गया तरखान दे पुत्र दी कब्र ते मैं गया तरखान दे पुत्र दी कब्र ते और रात दा ने तकरीबन 3 दा टाइम ते मेरे दिल च ख्याल सी आज इल्मो दीन दी कब्र ते हाजरी देन वाला पहला मैं ही होवांगा कसम रब दी जदो मैं इल्मो दीन दी कब्र ते गया ना जी मेरे तो पहले लोग फुलां दे टोकरे पे पांदे सी हाय मैं का मालका इस कब्रस्तान अंदर ते बड़े बड़े सुते ने बड़े बड़े बादशाह सुते ने बड़े बड़े सिकंदर सुते ने बड़े बड़े लोग जिन्हें दुनिया ते हुकूमत कीतियां वो सुते ने बड़े बड़े हाजी ने गाजी ने नमाजी ने बड़ी दुनिया सुती है पर इल्मो दीन नाल इंज क्यों है ओना क्या ये ना देख ओना दुनिया ते बादशाही कीती सी ए देख इल्मो दीन वफा किदे नाल कीती सी हाय असि ते वफादार नु वेने आ इल्मुद्दीन दी उम्र कितनी है पता है अल्लाह ओए पुत्रा तेरी उम्र कितनी है 14 साल तेरी कितनी है तू खड़ा हो अल्लाह इंज पीछे मुंह करी ना ऐ बंदा ने अय्या उमर ने ते इवें दी कैफियत है जिन्हें दुनिया इल्मुद्दीन आख के सलाम पेश कर दी हाय हाय बैठ जा ਉਹ ਇੰਜ ਦੇ ਬਾਲ ਕੋਲ ਅਸਾਂ ਮਸ਼ਵਰਾ ਨਹੀਂ ਲੈਨੇ ਆਏ ਗੱਲ ਕਰਨ ਲੱਗਿਆਂ ਕੋਲ ਨਹੀਂ ਬਿਠਾਣੇ ਆਏ ਤੇ ਕਸਮ ਰੱਬ ਦੀ ਬੜੇ ਬੜੇ ਪੀਰ ਚੁੱਕੇ ਪਏ ਨੇ ਮੈਂ ਕਿਹਾ ਮਾਲਕਾ ਇਹ ਦੀ ਕਿਉਂ ਗੱਲ ਉਹਨੇ ਆਖਰ ਨਿਸਬਤ ਦੀ ਇਹ ਗੱਲ ਉਮਰ ਦੀ ਨਹੀਂ ਹੈ ਇਹ ਗੱਲ ਇਲਮ ਦੀ ਨਹੀਂ ਹੈ ਇਹ ਗੱਲ ਹਿਲਮ ਦੀ ਨਹੀਂ ਹੈ ਇਹ ਗੱਲ ਸਖਾਵਤ ਦੀ ਨਹੀਂ ਹੈ ਇਹ ਗੱਲ ਨਿਸਬਤ ਦੀ ਇਹ ਵੇਖਦੇ ਸਹੀ ਇਲਮੋ ਨੀਂਦ ਨੂੰ ਨਿਸਬਤ ਕਿਹੜੇ ਪਾਸੇ ਹੋ ਗਈ ਹਾਏ 17 ਸਾਲਾਂ ਦਾ ਨੌਜਵਾਨ ਹੈ ਲੰਘਦਾ ਪਿਆ ਇੱਕ ਥਾਂ ਤੋਂ ਤੇ ਦੁਨੀਆ ਉੱਥੇ ਨਹੀਂ ਇਕੱਠੀ ਹੋ ਕੇ ਇਤਜਾਜ ਪੇ ਕਰਦੀ ਹੈ ਮੇਰੇ ਵਰਗੇ ਜਿਹੜੇ ਹੁੰਦੇ ਨੇ ਵਿਚਾਰੇ ਕਰ ਹੀ ਇਤਜਾਜ ਸਕਦੇ ਨੇ ਜਾਂ ਤੁਹਾਡੇ ਨਾਲ ਗੱਲ ਕਰ ਸਕਦੇ ਨੇ ਅਗਾਂ ਤੋੜ ਤੇ ਗੱਲ ਕਰ ਹੀ ਨਹੀਂ ਨਾ ਸਕਦੇ ਅੱਲਾਹ ਹੋ ਉਹ ਨਾ ਜੇ ਇਤਜਾਜ ਪੇ ਹੁੰਦਾ ਹੈ ਇਲਮੁਦੀਨ ਸਰਕਾਰ ਉੱਥੇ ਗੁਜ਼ਰਦੇ ਪੈ ਨੇ ਇਹ ਯਾ ਉਮਰ ਹੈ ਤੇ ਗੁਜ਼ਰਦੇ ਨਾ ਪੁੱਛਿਆ ਵੀ ਇਹ ਲੋਕ ਇਕੱਠੇ ਹੋ ਕੇ ਕੀ ਪੇ ਕਰਦੇ ਨੇ ਤਵੱਜੋ ਹੈ ਜੀ ਇਹ ਕੀ ਪੇ ਕਰਦੇ ਨੇ ਉਹਨਾਂ ਕਹ ਜੀ ਇੱਕ ਬਦਬਖਤ ਹੈ ਜਿਹਦਾ ਨਾਂ ਹੈ ਰਾਜਪਾਲ ਉਸ ਕੀਤੀ ਹੈ ਹਜ਼ੂਰ ਦੀ ਸ਼ਾਨ ਚ ਗੁਸਤਾਖੀ ਉਸ ਕਿਤਾਬ ਲਿਖੀ ਹੈ ਰੰਗੀਲਾ ਰਸੂਲ ਉਸ ਕੀਤੀ ਹੈ ਹਜ਼ੂਰ ਦੀ ਤੋਹੀਨ ਇਹ ਸਾਰੇ ਇਲਮ ਵਾਲੇ ਇਕੱਠੇ ਹੋ ਕੇ ਇਹ ਸਾਰੇ ਨਵਾਜ਼ੀ ਹਾਜੀ ਇਕੱਠੇ ਹੋ ਕੇ ਇਹ ਆਂਦੇ ਨੇ ਇਹਤਜਾਜ ਪੇ ਕਰਦੇ ਨੇ ਅੰਗਰੇਜ਼ ਨੂੰ ਆਂਦੇ ਨੇ ਈਸਾਈਆਂ ਨੂੰ ਆਂਦੇ ਨੇ ਬਈ ਤੁਸੀਂ ਦਿਓ ਉਸ ਰਾਜਪਾਲ ਨੂੰ ਸਜ਼ਾ ਕਿ ਉਸ ਸਾਡੇ ਨਬੀ ਦੀ ਕੀਤੀ ਹੈ ਤੋਹੀਨ ਇਲਮੋ ਦੀਨ ਜਿਹੜੀ ਗੱਲ ਕੀਤੀ ਉਹਨੇ ਕੋ ਹਜ਼ੂਰ ਦੇ ਗੁਲਾਮ ਵੀ ਬਦੇ ਹੋਣ ਤੇ ਜੀਂਦੇ ਜਾਗਦੇ ਹੋਣ ਤੇ ਮੁੜ ਵੀ ਸਜ਼ਾਵਾਂ ਉਹ ਅੰਗਰੇਜ਼ ਦੇ ਸੀ ਮੁੜ ਵੀ ਸਜ਼ਾਵਾਂ ਹਜ਼ੂਰ ਦੇ ਦੁਸ਼ਮਣਾਂ ਕੋਲ ਦਿਵਾ ਸੀ ਉਹਨਾਂ ਤੋਂ ਉਮੀਦਾਂ ਰੱਖਦਾ ਵੀ ਉਹ ਹਜ਼ੂਰ ਦੇ ਦੁਸ਼ਮਣਾਂ ਨੂੰ ਸਜ਼ਾਵਾਂ ਦੇ ਸਨ ਜਿਹੜੇ ਖੁਦ ਦੁਸ਼ਮਣ ਨੇ ਇਲਮੋ ਦੀਨ ਗਏ ਜੀ ਘਰ ਨਹੀਂ ਗਏ ਇਹਨਾਂ ਜਾ ਕੇ ਛੁਰੀ ਖਰੀਦੀ ਖਰੀਦ ਕੇ ਵਾਪਸ ਆਏ ਉਹਦੀ ਦੁਕਾਨ ਤਾਂ ਲਿਆ ਜੈਸਾ ਉਹਦੀ ਦੁਕਾਨ ਤੇ ਨਾ ਜੀ ਪਹਿਲੇ ਇੱਕ ਗਾਜ਼ੀ ਖੁਦਾ ਬਖਸ਼ ਸਿੰਘ ਜੀ ਨੇ ਇਸ ਰਾਜਪਾਲ ਤੇ ਹਮਲਾ ਕੀਤਾ ਲੇਕਿਨ ਇਹ ਬਚ ਗਿਆ ਇਸ ਬਾਅਦ ਨਾ ਜੀ ਦੋ ਸਿਕਿਉਰਿਟੀ ਗਾਰਡ ਖੜੇ ਕੀਤੇ ਸੀ ਇੱਥੇ ਭਾਈ ਅਜਮਲ ਬੈਠੇ ਨੇ ਉੱਠ ਗਏ ਨੇ ਕਿੱਥੇ ਬੈਠਾ ਜੀ ਇਹ ਸਾਰੇ ਇੱਕ ਇੱਕ ਕਰਕੇ ਇੰਜ ਨਿਕਲਦੇ ਨਾ ਜਵੇ ਆ ਮੈਂ ਇੱਧਰ ਤਵੱਜੋ ਕਰਨਾ ਤੁਸੀਂ ਇੱਕ ਇੱਕ ਹੋ ਕੇ ਟੁੱਟਦੇ ਜਵੇ ਆ ਮੈਂ ਐਂਡ ਤੇ ਬਹਿ ਰਹਿ ਜਾ ਭਾਈ ਸ਼ਾਹ ਨਵਾਜ਼ ਤੇ ਮੈਂ ਰਹਿ ਜਾਵਾਂ ਹਾਂਜੀ ਮੌਲਵੀ ਜੀ ਕਰਦੇ ਪੈਣ ਨਾ ਤਕਰੀਰ ਜੀ ਸਾਰੀ ਦੁਨੀਆ ਹੌਲੇ ਇੱਕ 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 ਹੋ ਕੇ ਉੱਠ ਕੇ ਟੁੱਟ ਗਈ ਇੱਕ ਬਾਬਾ ਬੈਠਾ ਬੜਾ ਇੰਤਜ਼ਾਰ ਕਰਦਾ ਤੇ ਉਹ ਸਮਝਿਆ ਮੌਲਵੀ ਮੇਰੇ ਵਰਗਾ ਸੀ ਉਹਨਾਂ ਕਿਹਾ ਲੱਗਦਾ ਬਾਬੇ ਨੂੰ ਮੇਰੀ ਤਕਰੀਰ ਬੜੀ ਪਸੰਦ ਆਈ ਹੈ ਜਦੋਂ ਉਹਨੇ ਥੱਕ ਗਿਆ ਨਾ ਤਕਰੀਰ ਕਰ ਕਰਕੇ ਉਹਨੇ ਕਿਹਾ ਬਾਬਾ ਜੀ ਤੁਹਾਨੂੰ ਤਕਰੀਰ ਲੱਗਦਾ ਮੇਰੀ ਬੜੀ ਚੰਗੀ ਲੱਗਦੀ ਹੈ ਉਸ ਕਹਿੰਦਾ ਨਹੀਂ ਪੁੱਤਰਾ ਮੈਂ ਕੁਰਸੀ ਲਿਜਾ ਰਹੀ ਸੀ ਮੈਂ ਲਿਜਾ ਰਹੀ ਸੀ ਕੁਰਸੀ ਜੇ ਦੇ ਉੱਤੇ ਤੂੰ ਬੈਠਾ ਮੈਂ ਆਖਿਆ ਤਕਰੀਰ ਮੁੱਕੇ ਤਾਂ ਮੈਂ ਚੁੱਕ ਕੇ ਲਿਜਾਵਾਂ ਇਹ ਜੇ ਨਾ ਹੋਵੇ ਤਾਂ ਮੈਂ ਰਹਿ ਜਾਵਾਂ ਤੇ ਬੈਸ਼ਾ ਨਮਾਜ਼ ਰਹਿ ਜਾਵਾਂ ਜਾਂ ਬੇਲੀ ਮੈਂ ਕੱਲ ਰਹਿ ਜਾਵੇ ਤੇ ਪੀਰ ਮੁਕਾਮ ਤੇ ਮੈਂ ਲੈ ਕੇ ਜਾਵਾਂ ਤਵੱਜੋ ਹੈ ਜੀ ਅੱਲਾਹੁ ਅਕਬਰ ਗਾਜ਼ੀ ਇਲਮੁਦੀਨ ਨਾ ਜੀ ਗਏ ਤੇ ਨਾ ਨਜ਼ਰ ਮਾਰੀ ਬੇ ਦੁਕਾਨ ਤੇ ਨਾ ਜੀ ਦੋ ਗਾਰਡ ਖਲੋਤੇ ਨੇ
ते ओथे किसे बंदे मुसलमान नु जान नहीं देते। ए उमर सी जरा बंदा मैं तुहानू विखा दिता 17 साल ने, इस तो वध दी उमर कोई नहीं, ये तो तू घट कुछ महीने हो सकती, वध नहीं है। इल्मो दीन गया जी वापस ओना कान पड़वाए, कन्ना दे विच मुंदरने पाए, ए लिबास सफेद ला के ना जी, ते पीला लिबास पाया जेड़ा हिंदू पांदे ने, ए सिर तू टोपी दस्तार अपनी ला के ना जी, उन्हें वो पीली पग भी बनी, मथे ते तिलक भी लाया, असां की पेस वटाया, ओ यार तेरे मिलने अल्लाह। इल्मो दीन ने जी उथों आए, जदों आए ना ते उन्हें वेख्या गाडा आख्या बड़ा वड्डा कोई पंडित है, हिंदुआं दा कोई सरदार है जिहड़ा इस रंग च इस होलीए च इस रंग च पिओ, किसे ठल्लिया ही ना रोकिया ही ना, आप अंदर चले गए दुकान ते उन्हें जी इंज करके किताब छंड के ना राजपाल जिहड़ा सी गुस्ताख हजूर दा किताब छंड के इंज रखन लगा, हाथ इत्थे गया ना जी, ऐदू शेर बोल पे हाय हाय। इल्मुद्दीन बोले ओ राजपाल तेरा ही ना है, ओदे हथों किताब डिग पई, ओ इंज झटका लगा, ओने गाडा नु लल करके आख्या ओ मैं तुहानू आख्या सी ओ आ जानगे, ओए मोहम्मद अरबी दे आशिक आ गए ने, ओए आ गए ने। ते फिर राजपाल नु आप फरमाया मैं समझ गया तू ही बदबخت है जिन्ने मेरे महबूब दी बारे कोई गल्लां कीतियां ने, तैनू नहीं सी पता कि दुनिया दे हले हुजूर दे आशिक मुक्के नहीं, जे गुस्ताख पैदा होंदे रहनगे इल्मुद्दीन आउंदे ही रहनगे। गुस्ताख नबी की एक सजा, सर तन से जुदा, सर तन से जुदा, गुस्ताख नबी की एक सजा, सर तन से जुदा, सर तन से जुदा, मन सत्ता नबी ये हक पुलू हो, मन सत्ता नबी ये हक पुलू हो। तवज्जो है जी, बंदा कीता जी ओना कतल सीने ते वार कीता, जे तसल्ली हो गई ना बंदा ठड्डा हो गया, उदो उन्हें छुरी साफ की, बाहर नलका ओदे तो आके छुरी धोती, धो के कपड़े धोते, धो के उस वेले दी जड़ी अदालत आई, दुनिया भजदी है आशिक नहीं भजदी। हाय हाय, आ जड़ी जिंदड़ी नु असां बचाई वने आ ना, इल्मो दीन गुस्ताख मार के भी ये बचाई नहीं, हाँ ओ ना लेके टुर गए सीधे चले गए उस वेले दी अदालत जाके, साहब ने रखिया डेस्क दे उते टेबल दे उते रखी छुरी, आखिया आए पिया ने आलाए कतल, ते आए खलोता ने कातिल, ते दुकान ते मरिया ने मरदूद, ओ पिया ने दुकान ते जिस मेरे महबूब दी शान च कीती है ना गुस्ताखी, उस बदबख्त नु पता ही नहीं है कि हले तक ओ मामा मुखिया नहीं जिन्हें आशिक़े रसूल पैदा करने, उस बदबख्त नु पता ही नहीं कि सैयद अल-अंबिया दे बारे गल करके फिर बह जाएगा।